परविंदर कौर नाम की 35-39 साल की दरम्यान उम्र की जनानी दुखनिवारा साहब गुरद्वारा साहब दे सरोवर कोले बह के उत्थे शराब का सेवन कर रही थी। छोटा जिहड़ी छोटी शराब की क्वार्टर बोतल हुंदी है उहदे राही शराब का सेवन कर रही थी। जदों महिला श्रद्धालुआं ने ते होर श्रद्धालुआं ने देखिया कि ये गुरद्वारा साहब दे सरोवर दे कोले शराब का सेवन कर रही है ते इस गलत काम तो रोकण लई उस जनानी नूं महिला श्रद्धालुआं ने ते होर श्रद्धालुआं ने लै के जिहड़े गुरद्वारा साहब दे मैनेजर ने उन्हां कोले जिवें कोई भी शक्की बंदा हुंदा आ शक्की जनानी हुंदी है उहनूं मैनेजर दे कोले ही लै के जाया जांदा है। उत्थे निर्मलजीत सिंह सैनी नाम दे एक व्यक्ति ने अपने लाइसेंसी रिवॉल्वर नाल 5 गोलियां जिहड़ियां ने चलाईयां उन्हां चों 3-4 गोलियां इस जनानी नूं लगियां जिहदी मौके ते मौत हो गई। जिन्हें गोलियां चला के उस जनानी का कतल किया उन्हूं अरेस्ट कर लिया है ते जिहड़ा वैपन यूज किया गया सी वह भी बरामद हो गया है। जिहड़ी ये जनानी आ इहदा असी जदों इन्वेस्टिगेशन की ते आधार कार्ड ते जिहड़ा इहदा एड्रैस आ उह एक PG दा एड्रैस आ जिथे हुणे रह नहीं रही है पिछले 2-3 सालों तो उत्थों मूव कर गई सी। पर एक गल जिहड़ी सामने आई आ सानू एक नशा छुड़ाऊ केंद्र जिहड़ा आ आदर्श हॉस्पिटल फैक्ट्री एरिया पटियाले च एक डी एडिक्शन सेंटर आ उत्थे दी सानू एक पर्ची मिली जदों उत्थों असी इन्वेस्टिगेशन कीती ते सानू वेरीफाई होया आ कि इस जनानी नू अल्कोहल एडिक्शन सीगी। असी उहदा ट्रीटमेंट रिकॉर्ड जिहड़ा उत्थों कढाया आ ਇਹ ਜਿਹੜਾ ਜਿਹਨੇ ਗੋਲੀ ਚਲਾਈ ਆ ਇਹ ਧਾਰਮਿਕ ਪ੍ਰਵਿਰਤੀ ਦਾ ਇਨਸਾਨ ਆ ਜਿਹੜਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ 'ਚ ਆ ਕੇ ਮੱਥਾ ਟੇਕਦਾ ਹੈ। ਜਦੋਂ ਉਹਨੂੰ ਪਤਾ ਪਿਆ ਕਿ ਇਹ ਜਨਾਨੀ ਜਿਹੜੀ ਸੰਗਤਾਂ ਮੈਨੇਜਰ ਦੇ ਕਮਰੇ ਕੋਲੇ ਲੈ ਕੇ ਇਹਨੂੰ ਜਦੋਂ ਪਹੁੰਚੀਆਂ ਜਨਾਨੀ ਨੇ ਤੇ ਉੱਥੇ ਉਹਨੂੰ ਵੀ ਨਿਰਮਲਜੀਤ ਸਿੰਘ ਨੂੰ ਵੀ ਪਤਾ ਪਿਆ ਕਿ ਇਹ ਸਰੋਵਰ ਸਾਹਿਬ ਦੇ ਕੋਲੇ ਬਹਿ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ ਤੇ ਉਹਨੇ ਤੈਸ਼ 'ਚ ਆ ਕੇ ਉਹਦੀ ਭਾਵਨਾ ਜਿਹੜੀ ਆ ਉਹ ਤੈਸ਼ 'ਚ ਗੁੱਸੇ 'ਚ ਆ ਗਿਆ ਕਿ ਦੇਖੋ ਇੰਨੀ ਧਾਰਮਿਕ ਥਾਂ 'ਤੇ ਇੰਨੀ ਮਤਲਬ ਜਿੱਥੇ ਇੰਨੇ ਸੈਂਕੜੇ ਲੋਕ ਮੱਥਾ ਟੇਕਣ ਆਉਂਦੇ ਆ ਉੱਥੇ ਜਨਾਨੀ ਸ਼ਰਾਬ ਪੀ ਰਹੀ ਸੀ ਉਸ ਗੁੱਸੇ 'ਚ ਆ ਕੇ ਇਹਨੇ ਗੋਲੀਆਂ ਜਿਹੜੀਆਂ ਨੇ ਚਲਾ ਕੇ ਉਹ ਜਨਾਨੀ ਦਾ ਕਤਲ ਕੀਤਾ। ਕੱਲ੍ਹ ਰਾਤ ਅਰਾਊਂਡ 9:30 ਵਜੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਉਹਦਾ ਵੇਰਵਾ ਦੇਣ ਲਈ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਪਰਵਿੰਦਰ ਕੌਰ ਨਾਮ ਦੀ 35-40 ਸਾਲ ਦੀ ਦਰਮਿਆਨ ਉਮਰ ਦੀ ਜਨਾਨੀ ਦੁਖਨਿਵਾਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਰੋਵਰ ਕੋਲੇ ਬਹਿ ਕੇ ਉੱਥੇ ਸ਼ਰਾਬ ਦਾ ਸੇਵਨ ਕਰ ਰਹੀ ਸੀ। ਛੋਟਾ ਜਿਹੜੀ ਛੋਟੀ ਸ਼ਰਾਬ ਦੀ ਕੁਆਟਰ ਬੋਤਲ ਹੁੰਦੀ ਆ ਉਹਦੇ ਰਾਹੀਂ ਸ਼ਰਾਬ ਦਾ ਸੇਵਨ ਕਰ ਰਹੀ ਸੀ। ਜਦੋਂ ਮਹਿਲਾ ਸ਼ਰਧਾਲੂਆਂ ਨੇ ਤੇ ਹੋਰ ਸ਼ਰਧਾਲੂਆਂ ਨੇ ਵੇਖਿਆ ਕਿ ਇਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕੋਲੇ ਸ਼ਰਾਬ ਦਾ ਸੇਵਨ ਕਰ ਰਹੀ ਹੈ ਤੇ ਇਸ ਗਲਤ ਕੰਮ ਤੋਂ ਰੋਕਣ ਲਈ ਉਸ ਜਨਾਨੀ ਨੂੰ ਮਹਿਲਾ ਸ਼ਰਧਾਲੂਆਂ ਨੇ ਤੇ ਹੋਰ ਸ਼ਰਧਾਲੂਆਂ ਨੇ ਲੈ ਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਉਹਨਾਂ ਕੋਲੇ ਜਿਵੇਂ ਕੋਈ ਵੀ ਸ਼ੱਕੀ ਬੰਦਾ ਹੁੰਦਾ ਆ ਸ਼ੱਕੀ ਜਨਾਨੀ ਹੁੰਦੀ ਆ ਉਹਨੂੰ ਮੈਨੇਜਰ ਦੇ ਕੋਲੇ ਹੀ ਲੈ ਕੇ ਜਾਇਆ ਜਾਂਦਾ ਹੈ। ਜਦੋਂ ਸੰਗਤਾਂ ਇਸ ਜਨਾਨੀ ਨੂੰ ਮੈਨੇਜਰ ਦੇ ਕਮਰੇ ਦੇ ਕੋਲੇ ਲੈ ਕੇ ਪਹੁੰਚੀਆਂ ਤੇ ਉੱਥੇ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵੋਲਵਰ ਨਾਲ 5 ਗੋਲੀਆਂ ਜਿਹੜੀਆਂ ਨੇ ਚਲਾਈਆਂ ਉਹਨਾਂ 'ਚੋਂ 3-4 ਗੋਲੀਆਂ ਇਸ ਜਨਾਨੀ ਨੂੰ ਲੱਗੀਆਂ ਜਿਹਦੀ ਮੌਕੇ 'ਤੇ ਮੌਤ ਹੋ ਗਈ। ਇੱਕ ਗੋਲੀ ਜਿਹੜੀ ਆ ਉਹ ਸਾਗਰ ਨਾਮ ਦੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਲੱਗੀ ਜਿਹੜਾ ਰਜਿੰਦਰਾ ਹਸਪਤਾਲ ਪਟਿਆਲਾ 'ਚ ਖਤਰੇ ਤੋਂ ਬਾਹਰ ਆ ਤੇ ਜੀਰੇ ਇਲਾਜ ਆ। ਪਟਿਆਲਾ ਪੁਲਿਸ ਨੇ
बड़ी स्विफ्ट एक्शन लेंदे हुए जिहड़ा निर्मलजीत जी ने गोलियां चला के उस जनानी का कतल किया उन्हूं अरेस्ट कर लिया है ते जिहड़ा वैपन यूज किया गया सी वह भी बरामद हो गया है। जिहड़ी यह जनानी आ इहदा असी जदों इन्वेस्टिगेशन की ते आधार कार्ड ते जिहड़ा इहदा एड्रैस आ ਉਹ ਇੱਕ ਪੀਜੀ ਦਾ ਐਡਰੈਸ ਆ ਜਿੱਥੇ ਹੁਣੇ ਰਹਿ ਨਹੀਂ ਰਹੀ ਹੈ ਪਿਛਲੇ 2-3 ਸਾਲਾਂ ਤੋਂ ਉੱਥੋਂ ਮੂਵ ਕਰ ਗਈ ਸੀ। ਇਹਦਾ ਹੁਣ ਤੱਕ ਕੋਈ ਪਰਿਵਾਰ ਜਾਂ ਕੋਈ ਵਾਰਿਸ ਵਗੈਰਾ ਸਾਹਮਣੇ ਨਹੀਂ ਆਇਆ ਆ। ਅਸੀਂ ਇਹਦੇ CDR ਵਗੈਰਾ ਅਤੇ ਮੋਬਾਈਲ ਫੋਰੈਂਸਿਕ ਵਗੈਰਾ ਕਢਾ ਕੇ ਹੋਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਇੱਕ ਗੱਲ ਜਿਹੜੀ ਸਾਹਮਣੇ ਆਈ ਆ ਸਾਨੂੰ ਇੱਕ ਨਸ਼ਾ ਛੁਡਾਊ ਕੇਂਦਰ ਜਿਹੜਾ ਆ ਆਦਰਸ਼ ਹੋਸਪਿਟਲ ਫੈਕਟਰੀ ਏਰੀਆ ਪਟਿਆਲੇ 'ਚ ਇੱਕ ਡੀ ਐਡਿਕਸ਼ਨ ਸੈਂਟਰ ਆ ਉੱਥੇ ਦੀ ਸਾਨੂੰ ਇੱਕ ਪਰਚੀ ਮਿਲੀ ਜਦੋਂ ਉੱਥੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਅਤੇ ਸਾਨੂੰ ਵੈਰੀਫਾਈ ਹੋਇਆ ਆ ਕਿ ਇਸ ਜਨਾਨੀ ਨੂੰ ਐਲਕੋਹਲ ਐਡਿਕਸ਼ਨ ਸੀਗੀ। ਅਸੀਂ ਉਹਦਾ ਟ੍ਰੀਟਮੈਂਟ ਰਿਕਾਰਡ ਜਿਹੜਾ ਉੱਥੋਂ ਕਢਾਇਆ ਆ ਅਤੇ ਸ਼ੀ ਵਾਜ਼ ਅੰਡਰ ਦੀ ਐਡਿਕਸ਼ਨ ਆਫ ਐਲਕੋਹਲ ਅਤੇ ਡਾਕਟਰ ਨੇ ਹੋਰ ਵੀ ਉਹਦੇ ਬਾਰੇ ਲਿਖਿਆ ਆ ਕਿ ਕਿਵੇਂ ਇਹ ਮੂਡ ਸਵਿੰਗਸ ਹੁੰਦੇ ਸੀ ਇਹਨੂੰ ਜਾਂ ਡਿਪਰੈਸ਼ਨ 'ਚ ਸੀਗੀ ਜਾਂ ਨੈਗੇਟਿਵ ਥੋਟਸ ਆਉਂਦੇ ਆ ਅਤੇ ਇਹਦੀ ਹੋਰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਅਤੇ ਜ਼ਬਤ ਅਨੁਸਾਰ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂ। ਨਹੀਂ ਦੇਖੋ ਜਿਹਨੇ ਗੋਲੀ ਚਲਾਈ ਆ ਉਹ ਇੱਕ ਧਾਰਮਿਕ ਪ੍ਰਵਿਰਤੀ ਦਾ ਸ਼ਰਧਾਲੂ ਸੀ ਗੁਰਦੁਆਰਾ ਦੁਖਨਿਵਾਰਾਂ ਸਾਹਿਬ ਦੀ ਸਾਰੇ ਪੰਜਾਬ 'ਚ ਸਾਰੀ ਦੁਨੀਆ 'ਚ ਬਹੁਤ ਜ਼ਿਆਦਾ ਧਾਰਮਿਕ ਮਾਨਤਾ ਹੈ। ਇਹ ਜਿਹੜਾ ਜਿਹਨੇ ਗੋਲੀ ਚਲਾਈ ਆ ਇਹ ਇੱਕ ਧਾਰਮਿਕ ਪ੍ਰਵਿਰਤੀ ਦਾ ਇਨਸਾਨ ਆ ਜਿਹੜਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ 'ਚ ਆ ਕੇ ਮੱਥਾ ਟੇਕਦਾ ਹੈ। ਜਦੋਂ ਉਹਨੂੰ ਪਤਾ ਪਿਆ ਕਿ ਇਹ ਜਨਾਨੀ ਜਿਹੜੀ ਸੰਗਤਾਂ ਮੈਨੇਜਰ ਦੇ ਕਮਰੇ ਕੋਲੇ ਲੈ ਕੇ ਇਹਨੂੰ ਜਦੋਂ ਪਹੁੰਚੀਆਂ ਜਨਾਨੀ ਨੂੰ ਤੇ ਉੱਥੇ ਉਹਨੂੰ ਵੀ ਨਿਰਮਲਜੀਤ ਸਿੰਘ ਨੂੰ ਵੀ ਪਤਾ ਪਿਆ ਕਿ ਇਹ ਸਰੋਵਰ ਸਾਹਿਬ ਦੇ ਕੋਲੇ ਬਹਿ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ ਤੇ ਉਹਨੇ ਤੈਸ਼ 'ਚ ਆ ਕੇ ਉਹਦੀ ਭਾਵਨਾ ਜਿਹੜੀ ਆ ਉਹ ਤੈਸ਼ 'ਚ ਗੁੱਸੇ 'ਚ ਆ ਗਿਆ ਕਿ ਦੇਖੋ ਇੰਨੀ ਧਾਰਮਿਕ ਥਾਂ ਤੇ ਇੰਨੀ ਮਤਲਬ ਜਿੱਥੇ ਇੰਨੇ ਸੈਂਕੜੇ ਲੋਕੀ ਮੱਥਾ ਟੇਕਣ ਆਉਂਦੇ ਆ ਉੱਥੇ ਜਨਾਨੀ ਸ਼ਰਾਬ ਪੀ ਰਹੀ ਸੀ ਉਸ ਗੁੱਸੇ 'ਚ ਆ ਕੇ ਇੰਨੇ ਗੋਲੀਆਂ ਜਿਹੜੀਆਂ ਨੇ ਚਲਾ ਕੇ ਉਹ ਜਨਾਨੀ ਦਾ ਕਤਲ। ਕੋਈ 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 ਆਪਸੀ ਜਾਣ ਪਛਾਣ ਨਹੀਂ ਇਹਨਾਂ ਦੀ ਜੀ, ਕੋਈ ਇਹਨਾਂ ਦਾ ਆਪਸੀ ਲਿੰਕ ਨਹੀਂ। ਇਹੋ ਜਿਹੀ ਚੀਜ਼ ਨੂੰ ਆਪਾਂ ਕਹਿੰਦੇ ਹਾਂ ਹੀਟ ਆਫ ਦੀ ਮੂਮੈਂਟ ਕਿ ਜੇ ਸਡਨਲੀ ਤੁਹਾਡਾ ਅੰਦਰੋਂ ਤੁਹਾਨੂੰ ਫੀਲ ਹੋਵੇ ਕਿ ਯਾਰ ਇਸ ਜਨਾਨੀ ਨੇ ਇੰਨਾ ਗਲਤ ਕੰਮ ਕੀਤਾ, ਮਤਲਬ ਜਿੱਥੇ ਹਜ਼ਾਰਾਂ ਦੀ ਸੰਗਤਾਂ ਸੈਂਕੜਾ ਸੰਗਤਾਂ ਆ ਕੇ ਜਿੱਥੇ ਮੱਥਾ ਟੇਕਦੀਆਂ ਨੇ ਉੱਥੇ ਇਹਨੇ ਸ਼ਰਾਬ ਦਾ ਸੇਵਨ ਕੀਤਾ, ਉਸੇ ਗੁੱਸੇ 'ਚ ਆ ਕੇ ਇਸ ਇਨਸਾਨ ਨੇ ਗੋਲੀਆਂ ਜਿਹੜੀਆਂ ਨੇ ਚਲਾਈਆਂ ਤੇ ਇਹਦਾ ਰਿਵੋਲਵਰ ਜਿਹੜਾ ਆ ਉਹ ਵੀ ਲਾਇਸੈਂਸੀ ਰਿਵੋਲਵਰ ਹੈਗਾ। ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਕੀਤੀ ਆ ਕੈਮਰੇ ਸਾਰੇ ਲੱਗੇ ਹੋਏ ਆ। ਇਹ ਜਨਾਨੀ ਕੱਲ ਜ਼ੀਰਕਪੁਰ ਤੋਂ ਬੱਸ 'ਚ ਬਹਿ ਕੇ ਆਪਣਾ ਇੱਥੇ ਆਈ ਸੀ ਤੇ ਇਹ ਕੱਲੀ ਹੀ ਗੁਰਦੁਆਰਾ ਸਾਹਿਬ 'ਚ ਉੱਥੇ ਆਈ ਸੀ। ਦੇਖੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਰੋਵਰ ਸਾਹਿਬ ਤੋਂ ਲੈ ਕੇ ਮੈਨੇਜਰ ਸਾਹਿਬ ਦੇ ਜਿਹੜੇ ਕਮਰੇ ਤੱਕ ਜਿਹੜੇ ਸ਼ਰਧਾਲੂ ਸੀਗੇ ਉਹੀ ਉੱਥੇ ਉਹਨੂੰ ਲੈ ਕੇ ਜਨਾਨੀ ਨੂੰ ਲੈ ਕੇ ਜਾ ਰਹੇ ਸੀ। ਪਰ ਕਿਉਂਕਿ ਇੰਨੀ ਜ਼ਰੂਰੀ ਤੇ ਇੰਨੀ ਇੰਪੋਰਟੈਂਟ ਸਾਡਾ ਪੁਆਇੰਟ ਬਣਦਾ ਆ ਇਸ ਕਰਕੇ ਗੁਰਦੁਆਰਾ ਸ਼੍ਰੀ ਦੁਖਨਿਵਾਰਾਂ ਸਾਹਿਬ ਦੇ ਮੇਨ ਐਂਟਰੈਂਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ 24 ਘੰਟੇ ਜਿਹੜੀ ਟਵੈਰਾ PCR ਹੈਗੀ ਆ ਤੇ ਉਹਦੇ 'ਚ 4 ਮੁਲਾਜ਼ਮ ਜਿਹੜੇ ਆ ਉਹ ਰਾਊਂਡ ਦਾ ਕਲੋਕ 24 ਘੰਟੇ ਉੱਥੇ ਹਾਜ਼ਰ ਹੁੰਦੇ ਆ ਤੇ ਪਟਿਆਲਾ ਪੁਲਿਸ ਦਾ ਇੱਕ ਵੱਡਾ ਨਾਕਾ ਜਿਹਦੇ 'ਚ ਪੈਰਾਮਿਲਟਰੀ ਕੰਪੋਨੈਂਟ ਵੀ ਹੈਗਾ ਆ ਉਹ ਨਾਕਾ ਵੀ ਉੱਥੇ ਲੱਗਦਾ ਆ। ਪਰ ਧਾਰਮਿਕ ਆਸਥਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਅਸੀਂ ਆਊਟਰ ਡਿਪਲੋਇਮੈਂਟ ਹੈਗੀ ਆ ਉਹ ਕਵਰ ਕਰਦੇ ਹਾਂ, ਅੰਦਰ ਜਿਹੜਾ ਹੈਗਾ ਆ ਅੰਦਰ ਜਿਹੜਾ ਓਪਰੇਸ਼ਨਲ ਕੰਟਰੋਲ ਆ ਉਹ ਆਪਣੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਮਾਮਲਾ ਦਰਜਾ ਅੰਡਰ ਸੈਕਸ਼ਨ 302 ਮੁਕੱਦਮਾ ਦਰਜਾ, ਦੋਸ਼ੀ ਅਰੈਸਟਿਡ ਆ ਤੇ ਜਿਹੜਾ ਉਹਨੇ ਵਾਰਦਾਤ ਲਈ ਰਿਵੋਲਵਰ ਯੂਜ਼ ਕੀਤਾ ਸੀ ਉਹ ਵੀ ਰਿਕਵਰ ਹੋ ਗਿਆ, ਉਹ ਅਸੀਂ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ। ਥੈਂਕ ਯੂ ਸੋ ਮਚ।